ਪੰਜਾਬੀ ਰੀਡਰ 78 2019 ਐਡੀਸ਼ਨ ਲੈਸਨ ਨਾਓ ਵਿਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਭਗਤ ਕਬੀਰ ਜੀ ਦੀ ਜ਼ਿੰਦਗੀ ਬਾਰੇ ਪੜਾਂਗੇ ਤੇ ਇਹ ਐਸੇ ਹਰਪਾਲ ਸਿੰਘ ਰਾਣਾ ਜੀ ਨੇ ਲਿਖਿਆ ਜੋ ਫ੍ਰੀਮਾਂਟ ਵਿੱਚ ਰਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਅਵਲ ਅੱਲਾ ਨੂਰ ਉਪਾਇਆ So, why Guru created this light and out of that light came every human being? All creatures, all of the nature's uh, um, children are humans. We all are born out of the same light. So, who is good and who is bad? <clears throat> this is written by Pagat Kabirji. Pagat Kabirji is zindagi very good ਕਬੀਰ ਦਾਸ ਮਤਲਬ ਵੱਡਾ ਗੁਲਾਮ ਭਗਤ ਕਬੀਰ ਜੀ ਦਾ ਜਨਮ 1398 ਵਿੱਚ ਬਨਾਰਸ ਵਿੱਚ ਹੋਇਆ ਉਹਨਾਂ ਦੀ ਮਾਂ ਵਿਧਵਾ ਸੀ ਸ਼ੀ ਵਾਸ ਵਿਡੋ ਗਰੀਬ ਸੀ ਉਸਨੇ ਸੋਚਿਆ ਕਿ ਉਹ ਆਪਣੇ ਬੱਚੇ ਨੂੰ ਪਾਲ ਨਹੀਂ ਸਕੇਗੀ ਜਦ ਕਬੀਰ ਜੀ ਦਾ ਜਨਮ ਹੋਇਆ ਤਾਂ ਉਸਨੇ ਕਬੀਰ ਜੀ ਨੂੰ ਟੋਕਰੀ ਵਿੱਚ ਪਾ ਕੇ ਇੱਕ ਨਦੀ ਵਿੱਚ ਪਾ ਦਿੱਤਾ ਨੀਰੂ ਇੱਕ ਮੁਸਲਮਾਨ ਜੁਲਾਹਾ ਕਬੀਰ ਜੀ ਨੂੰ ਆਪਣੇ ਘਰ ਲੈ ਆਇਆ ਅਤੇ ਆਪਣੇ ਪੁੱਤਰ ਵਾਂਗ ਉਹਨਾਂ ਨੂੰ ਪਾਲਿਆ ਸੋ ਹੀ ਵਾਸ ਬੋਰਨ ਇਨ ਹਿੰਦੂ ਬਟ ਹੀ ਵਾਸ ਰੇਸਡ ਬਾਈ ਅ ਮੁਸਲਮ ਭਾਵੇਂ ਕਬੀਰ ਜੀ ਦਾ ਜਨਮ ਹਿੰਦੂ ਘਰ ਵਿੱਚ ਹੋਇਆ ਪਰ ਉਹਨਾਂ ਨੂੰ ਮੁਸਲਮਾਨ ਪਰਿਵਾਰ ਨੇ ਪਾਲਿਆ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈ ਕਿਉਂਕਿ ਉਹਨਾਂ ਦੇ ਵਿਚਾਰ ਸਿੱਖ ਗੁਰੂਆਂ ਨਾਲ ਮਿਲਦੇ ਸਨ ਇਜ਼ਨਟ ਇਟ ਐਟ ਅਮੇজিং ਹੀ ਵਾਸ ਬੋਰਨ ਅ ਹਿੰਦੂ ਰੇਸਡ ਬਾਇ ਅ ਮੁਸਲਿਮ ਬਟ ਹੀ ਥॉट ਲਾਈਕ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੇ 237 ਸ਼ਲੋਕ ਅਤੇ 227 ਸ਼ਬਦ ਦਰਜ ਹਨ ਸ਼ਲੋਕ ਆਰ ਕਪਲੇਟਸ ਕਬੀਰ ਪੰਥ ਇੱਕ ਅਨੋਖਾ ਧਰਮ ਹੈ ਜੋ ਕਿ ਕਬੀਰ ਜੀ ਨੇ ਚਲਾਇਆ ਅੱਜ ਵੀ ਕਬੀਰ ਪੰਥੀ ਉਹਨਾਂ ਦੇ ਦੱਸੇ ਰਾਤੇ ਚੱਲਦੇ ਹਨ ਕਬੀਰ ਪੰਥੀਆਂ ਦਾ ਵੱਡਾ ਸੈਂਟਰ ਕਾਸ਼ੀ ਵਿੱਚ ਹੈ ਕਬੀਰ ਜੀ ਜਾਤ ਦੇ ਜੁਲਾਹੇ ਸਨ ਜੁਲਾਹਿਆਂ ਦਾ ਕੰਮ ਖੱਡੀ ਤੇ ਕੱਪੜੇ ਬੁਣਨਾ ਹੁੰਦਾ ਹੈ ਆਪ ਜੀ ਨੇ Swami Ramanand ਤੋਂ ਸਿੱਖਿਆ ਹਾਸਲ ਕੀਤੀ ਕਬੀਰ ਜੀ ਨੇ ਇੰਨੀ ਭਗਤੀ ਕੀਤੀ ਕਿ ਉਹ ਰੱਬ ਵਿੱਚ ਮਿਲ ਗਏ ਐਂਡ ਹੀ ਨਿਊ दैट RAM KABEERA EK PAE HAI KOE NA SAKE PECHANI in stan panna 969 in sir gurugran sah ram means god god and kabeer are one and nobody can distinguish us tell us apart kabeer ji banaras vich rehnde san jo ke hinduan da bahut wadda dharmik center hai jive like we have amritsar they have banaras par oh kise hindu reet nu nahi mande san ohna da yakeen si har jeev de andar rab basta hai and whereas hindu religion didn't believe that oh ucchi neemi jaat vich yakeen nahi rakhde san kabir ji ne hinduan hindu ate muslim tarma diyan reetan de khilaf bolya he spoke against the traditions of hindus and muslims kyunki oh jaan de san ke eh reetan zindagi nu changa nahi banaundiyan sade kamm sanu changa banaunde han ਉਹ ਕੰਦੇਸਨ ਕਿ ਰੱਬ ਨੂੰ ਆਪਣੇ ਮਨ ਵਿੱਚ ਵਸਾਉਣ ਲਈ ਸਾਨੂੰ ਆਪਣਾ ਜੀਵਨ ਚੰਗਾ ਬਣਾਉਣਾ ਪਵੇਗਾ। ਉਹਨਾਂ ਨੇ ਪੰਡਤਾਂ, ਕਾਜ਼ੀਆਂ, ਮੁੱਲਾਂ ਸਭ ਨੂੰ ਸੱਚ ਸੁਣਾਇਆ। Hindu ਅਤੇ Muslim ਦੋਵੇਂ ਕਬੀਰ ਜੀ ਨੂੰ ਨਫ਼ਰਤ ਕਰਨ ਲੱਗੇ। ਮੁਸਲਮਾਨ ਮੌਲਵੀਆਂ ਨੇ ਕਬੀਰ ਜੀ ਦੀ ਜ਼ਿੰਦਗੀ ਤੇ ਦੋ ਵਾਰੀ ਹਮਲੇ ਕੀਤੇ। ਦੇ ਅਟੈਕਡ ਹਿਸ ਲਾਈਫ ਟ्वाइस। ਪਰ ਉਹ ਕਬੀਰ ਜੀ ਦਾ ਕੁਝ ਨਾ ਵਿਗਾੜ ਸਕੇ। ਕਿਉਂਕਿ ਕਬੀਰ ਜੀ ਦੇ ਰਖਿਆ ਰੱਬ ਕਰ ਰਿਹਾ ਸੀ ਇੱਕ ਵਾਰ ਦਾ ਕਬੀਰ ਜੀ ਨੂੰ ਜ਼ੰਜੀਰਾਂ ਨਾਲ ਬੰਨ ਕੇ ਗੰਗਾ ਨਦੀ ਵਿੱਚ ਛੁਟਾ ਦਿੱਤਾ ਛੁਟ ਦਿੱਤਾ ਗਿਆ ਪਰ ਕਬੀਰ ਜੀ ਡੁੱਬੇ ਨਹੀਂ ਉਹ ਇਸ ਤਰ੍ਹਾਂ ਪਾਣੀ ਤੇ ਬੈਠੇ ਰਹੇ ਜਿਵੇਂ ਕਿ ਧਰਤੀ ਤੇ ਬੈਠੇ ਹੋਣ ਕਹਿੰਦੇ ਹਨ ਕਿ ਗੰਗਾ ਦੇ ਪਾਣੀ ਵਿੱਚ ਉਹਨੇ ਦੀਆਂ ਜ਼ੰਜੀਰਾਂ ਵੀ ਆਪ ਹੀ ਟੁੱਟ ਗਈਆਂ ਐਂਡ ਕਬੀਰ ਜੀ ਰੋਡਿਟ ਗੰਗਾ ਗੋਸਾਇਨ ਗਹਿਰ ਗੰਭੀਰ ਜੰਜੀਰ ਬਾਂਦ ਕਰ ਖਰੇ ਕਬੀਰ ਮਨ ਨਾ ਡਿਗੇ ਤਨ ਕਾਹੇ ਕੋ ਡਰਾਇ ਮਦਰ ਗੰਗਾ ਇਜ਼ ਡੀਪ ਐਂਡ ਪ੍ਰਫਾਉਂਡ ਟਾਈਡ ਅਪ ਇਨ ਚੇਨਸ ਦੇ ਟੂ ਕਬੀਰ देयर ਮਾਈਂਡ ਵਾਸ ਨਾਟ ਸ਼ੇਕਨ ਵਾਈ ਸ਼ੁੱਡ ਮਾਈ ਬਡੀ ਬੀ ਅਫਰੇਡ ਫਿਰ ਇੱਕ ਵਾਰ ਕਬੀਰ ਜੀ ਦੀਆਂ ਬਾਹਾਂ ਨੂੰ ਬਨ ਕੇ ਉਹਨਾਂ ਨੂੰ ਇੱਕ ਮਸਤ ਹਾਥੀ ਦੇ ਸਾਹਮਣੇ ਸੁੱਟਿਆ ਗਿਆ ਤਾਂ ਕਿ ਉਹ ਆਪ ਨੂੰ ਮਿੱਦ ਕੇ ਮਾਰ ਦੇਵੇ so he can trample him parhati ne unna nu maraya nahi balki sir jhuka ke namaskar kiti te dur dod gaya puja band pila kar daryo hasti krop mund me mariyo they tied my arms bundled me up and threw me in front of the elephant hastna tore taray tyan but the elephant did not move instead he began to meditate ਇਨ ਸਾਰੀਆਂ ਮੁਸ਼ਕਲਾਂ ਵਿੱਚ ਵੀ ਆਪ अडोल ਰਹੇ ਜਿਸ ਕਰਕੇ ਆਪ ਨੂੰ ਉਸ ਵੇਲੇ ਚੱਲ ਰਹੀ ਭਗਤੀ ਲਹਿਰ ਦਾ ਨੇਤਾ ਸਮਝਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਬੀਰ ਜੀ ਦੀ ਬਾਣੀ ਅੰਦਰ ਇਹ ਸਭ ਗੱਲਾਂ ਚੰਗੀ ਤਰ੍ਹਾਂ ਸਮਝਾਈਆਂ ਗਈਆਂ ਹਨ ਠੀਕ ਥਿਸ ਆਕੀ ਹੈਜ਼ ਟੋਟਲ ਵਰਡਸ 536 ਇਟ ਇਸ ਅ ਲਿਟਲ ਲੰਗ ਐਂਡ ਹੈਜ਼ ਲੋਟ ਆਫ ਗੁਰਬਾਨੀ ਐਂਡ ਇਟ ਇਟ ਮੇ ਟੇਕ ਯੂ ਅ ਲਿਟਲ ਲੰਗਰ ਟੂ ਰੀਡ ਬਟ డు ਰੀਡ ਇਟ ਵਾਂਸ অর ਟ्वाइस ਠੀਕ and then you are going to write question answer to questions in tai tan likhe prashna de theek jawab likho kabir ji di zindagi de bare vich pad ke tusi kabir ji bare ki kahoge oh kis tarah de insaan san kabir ji bahut dharmik insaan san kabir ji change insaan san kabir ji change kamma vich yakeen rakhte san kabir ji jaat paat vich yakeen nahi rakhte san kabir ji bahut ਠੰਡੇ ਸੁਭਾਅ ਵਾਲੇ ਸਨ ਉਹ ਕਬਰਾਂ ਦੇ ਨਹੀਂ ਸੀ ਉਹ ਡਰਦੇ ਨਹੀਂ ਸੀ ਠੀਕ ਸੋ ਯੂ ਕੈਨ ਰਾਈਟ ਐਨੀ ਆਫ ਦੋਸ ਕਬੀਰ ਪੰਥੀ ਕੌਣ ਹਨ ਜੋ ਕਬੀਰ ਜੀ ਦਾ ਸੁਨੇਹਾ ਮੰਨਦੇ ਹਨ ਉਹ ਕਬੀਰ ਪੰਥੀ ਹਨ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਪਾਈ ਗਈ ਕਿਉਂਕਿ ਕਬੀਰ ਜੀ ਦੇ ਖਿਆਲ ਸਿੱਖ ਗੁਰੂ ਸਾਹਿਬਾਨ ਨਾਲ ਮਿਲਦੇ ਸਨ ਕਬੀਰ ਜੀ ਨੇ ਜਦ ਗੰਗਾ ਵਿੱਚ ਸੁਟਿਆਗਾ ਤਾਂ ਕੀ ਹੋਇਆ ਤਾਂ ਉਹ ਪਾਣੀ ਉੱਤੇ ਇਸ ਤਰ੍ਹਾਂ ਬੈਠੇ ਰਹੇ ਜਿਸ ਤਰ੍ਹਾਂ ਉਹ ਤਰਤੀ ਤੇ ਬੈਠੇ ਹੋਣ ਕਬੀਰ ਜੀ ਨੂੰ ਜਦ ਹਾਥੀ ਅੱਗੇ ਸੁੱਟਿਆ ਗਿਆ ਤਾਂ ਕੀ ਹੋਇਆ ਤਾਂ ਹਾਥੀ ਨੇ ਕਬੀਰ ਜੀ ਨੂੰ ਨਮਸਕਾਰ ਕੀਤੀ ਤੇ ਦੂਰ ਦੌੜ ਗਿਆ ਕਬੀਰ ਜੀ ਦੀ ਜ਼ਿੰਦਗੀ ਵਿੱਚ ਕੋਈ ਤਿੰਨ ਦਿਲਚਸਪ ਗੱਲਾਂ ਲਿਖੋ ਸੋ ਐਨੀ 3 ਇੰਟਰਸਟਿੰਗ ਥਿੰਗਸ ਅਬਾਊਟ ਹਿਮ ਹੇਅਰ ਆਰ ਸੈਂਟੈਂਸਸ ਪਾਰਟਸ ਆਫ ਸੈਂਟੈਂਸਸ ਐਂਡ ਹੇਅਰ ਦੇ ਆਰ ਅਦਰ ਪਾਰਟਸ ਸੋ ਯੂ ਨੀਡ ਟੂ ਕੰਬਾਈਨ ਥੈਮ ਐਂਡ ਰਾਈਟ ਕੰਪਲੀਟ ਸੈਂਟੈਂਸਸ ਹੇਅਰ ਕਬੀਰ ਦਾਸ And that will give you practice in writing and reading, and we will meet our goal of reading Punjabi very nicely. Okay? So I will see you in the next lesson. Until then, Vahigur Khalsa,